ਵੀਡੀਓ ਦੇਖਣ ਤੋਂ ਪਹਿਲਾਂ ਸਾਡਾ YouTube ਚੈਨਲ ਸੱਚ ਦਾ ਸੁਨੇਹਾ ਜ਼ਰੂਰ ਸਬਸਕ੍ਰਾਈਬ ਕਰੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਇਸ ਲਈ ਲਾਈਵ ਹੋਇਆ, ਮੈਨੂੰ ਹੁਣੇ ਹੁਣੇ ਪਤਾ ਲੱਗਿਆ, ਮੈਂ ਹੁਣੇ ਨੇ ਪੋਸਟ ਦੇਖੀ ਐਕਚੁਲੀ ਕੈਂਬੀ ਰਾਜਗੜੀਏ ਬਾਈ ਦੀ, ਅਤੇ ਉਹਦੇ ਨਾਲ ਜੋ ਵੀ ਇੰਸੀਡੈਂਟ ਹੋਇਆ ਮੈਨੂੰ ਬਹੁਤ 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 ਜ਼ਿਆਦਾ ਦੁੱਖ ਲੱਗਿਆ ਇਸ ਚੀਜ਼ ਦਾ। ਮੈਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਦਾ, ਮੈਂ ਵੀਰੇ ਤੇਰੇ ਨਾਲ ਖੜਾ, ਔਰ ਮੈਨੂੰ ਪਤਾ ਵੀ ਉਹ ਜੀ ਜੋ ਜੋ ਚੀਜ਼ ਇਸ ਵੇਲੇ ਤੁਸੀਂ ਫੀਲ ਕਰ ਰਹੇ ਹੋ, ਮੈਂ ਉਹਦਾ ਜਿਹਨੂੰ ਕਹਿੰਦੇ ਨੇ ਅਹਿਸਾਸ ਉਹ ਸਮਝ ਸਕਦਾ, ਅਤੇ ਅਸੀਂ ਤੇਰੇ ਨਾਲ ਹਾਂ ਵੀਰੇ, ਜਦੋਂ ਵੀ ਜਿੱਥੇ ਵੀ ਕਿਤੇ ਵੀ ਲੋੜ ਆ ਸਾਡੀ, ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ। ਅਤੇ ਮੈਂ ਤੁਹਾਨੂੰ ਵੀ ਇੱਕ ਰਿਕੁਐਸਟ ਕਰਦਾ, ਅੱਜ ਸੱਚੀ ਬਾਈ ਨੂੰ ਲੋੜ ਆ, ਤੁਹਾਡੀ ਵੀ, ਸਾਡੇ ਸਾਰਿਆਂ ਦੀ ਲੋੜ ਆ ਉਸਨੂੰ, ਅਤੇ ਤੁਸੀਂ ਵੀ ਸਾਰੇ ਜਣੇ ਸਪੋਰਟ ਕਰਿਓ। ਇਹ ਨਹੀਂ ਕਿ ਹਾਂਜੀ ਦੁਬਾਰਾ ਰੀਕਨੈਕਟ ਹੋ ਗਏ ਆਪਾਂ, ਅਤੇ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਵੀ ਇਹ ਨਹੀਂ ਕਿ ਉਹ ਇੱਕ ਆਰਟਿਸਟ ਹੈ, ਮੈਂ ਤਾਂ ਉਹਦੀ ਇੱਕ ਆਰਟਿਸਟ ਹੋਣ ਦੇ ਨਾਤੇ ਇੱਕ ਸਪੋਰਟ ਕਰ ਰਿਹਾ ਜਾਂ ਕੁਛ ਇੱਦਾਂ ਦਾ, ਮੈਂ ਸਿਰਫ ਇਨਸਾਨੀਅਤ ਨੂੰ ਸਪੋਰਟ ਕਰ ਰਿਹਾ ਕਿਉਂਕਿ ਮੈਂ ਆਪ ਖੁਦ ਬਹੁਤ ਸਟਰਗਲ ਕੀਤੀ ਆ, ਬਹੁਤ ਬਹੁਤ ਜਿਹਨੂੰ ਕਹਿੰਦੇ ਨੇ ਮਾੜੇ ਦਿਨ ਦੇਖੇ ਨੇ। ਅਤੇ ਕੈਨੇਡਾ ਮੇਰਾ ਵੀ ਜਾਣਾ ਇੱਕ ਵਜ੍ਹਾ ਸੀ, ਮੈਂ ਵੀ ਜਦੋਂ ਹੁਣ ਪਹਿਲੀ ਵਾਰ ਕੈਨੇਡਾ ਜਿਹਨੂੰ ਕਹਿੰਦੇ, ਮੈਂ ਮੇਰੇ ਜਿੰਨੇ ਵੀ ਮੈਨੂੰ ਮੇਰੇ ਨਾਲ ਮੈਨੂੰ ਜਿਹੜੇ ਪਿਆਰ ਕਰਦੇ ਨੇ ਜਾਂ ਮੇਰੇ ਨਾਲ ਰਹਿੰਦੇ ਨੇ ਉਹਨਾਂ ਨੂੰ ਪਤਾ ਵੀ ਕੈਨੇਡਾ ਮੇਰੇ ਲਈ ਵੀ ਕਿੱਡੀ ਇੱਕ ਬਹੁਤ ਵੱਡਾ ਟਾਸਕ ਸੀਗਾ ਜ਼ਿੰਦਗੀ ਦਾ, ਅਤੇ ਚਾਹੇ ਉਹ ਪਿਆਰ ਲਈ ਸੀ, ਚਾਹੇ ਉਹ ਕੰਮ ਲਈ ਕਹਿ ਲਓ ਜਾਂ ਪਿਆਰ ਲਈ ਕਹਿ ਲਓ, ਅਤੇ ਉਹ ਇੱਕ ਬਹੁਤ ਮਤਲਬ ਮਿਸ਼ਨ ਟਾਈਪ ਗੱਲਬਾਤ ਸੀਗੀ ਉਦੋਂ ਮੇਰੇ ਵਾਸਤੇ, ਕਿਉਂਕਿ ਮੈਂ ਤਾਂ ਕਦੀ ਜਿਹਨੂੰ ਕਹਿੰਦੇ ਵੀ ਲੁਧਿਆਣੇ ਚੰਡੀਗੜ੍ਹ ਔਖਾ ਬਹੁਤ ਆਉਂਦਾ ਰਿਹਾ, ਅਤੇ ਮੈਂ ਕੈਨੇਡਾ ਦਾ ਸੁਪਨਾ ਤਾਂ ਕਿੱਥੇ ਲੈ ਸਕਦਾ ਸੀ। ਮਿਹਨਤ ਕੀਤੀ, ਸਾਰਾ ਕੁਛ ਸਪੋਰਟ ਕੀਤਾ ਤੁਸੀਂ ਸਾਰਿਆਂ ਨੇ, ਇੱਕ ਹੋ ਗਏ ਦੁਆਰਾ ਲਾਈਵ, ਸੋਰੀ ਜੀ ਨੈਟਵਰਕ ਚਲਾ ਗਿਆ ਸੀ, ਅਸੀਂ ਅੱਜ ਸਾਡਾ ਪ੍ਰੋਗਰਾਮ ਸੀਗਾ ਹਨੂਮਾਨਗੜ੍ਹ, ਉੱਥੋਂ ਆਈ ਜਾਂਦੇ ਸੀਗੇ ਅਸੀਂ, ਅਤੇ ਰਸਤੇ 'ਚ ਨੈਟਵਰਕ ਦੀ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਆ, ਅਤੇ ਮੈਂ ਗੱਲ ਕਰ ਰਿਹਾ ਸੀ ਆਪਣੇ ਥੋੜ੍ਹੇ ਮੇਰੀ ਜ਼ਿੰਦਗੀ ਦਾ ਦੇ ਵਿੱਚ ਵੀ ਇੱਕ ਟਾਈਮ 'ਤੇ ਇਹੋ ਜਿਹਾ ਟਾਈਮ ਆਇਆ, ਅਤੇ ਮੈਨੂੰ ਵੀ ਸਪੋਰਟ ਕੀਤਾ, ਮੇਰੇ ਭਰਾਵਾਂ ਨੇ ਮੇਰੇ ਯਾਰਾਂ ਨੇ ਹਮੇਸ਼ਾ ਪੂਰੀ ਸਪੋਰਟ ਕੀਤੀ, ਅਤੇ ਮੈਨੂੰ ਲੱਗਿਆ ਵੀ ਨਹੀਂ ਇੱਕ ਇਨਸਾਨੀਅਤ ਤੌਰ 'ਤੇ ਮੈਂ ਮੇਰੇ ਆਪਣੇ ਹੰਢਾਏ ਹੋਏ ਦਿਨ ਨੇ ਅਤੇ ਆਪਣੇ ਉੱਤੇ ਬੀਤੀਆਂ ਹੋਈਆਂ ਗੱਲਾਂ ਨੇ, ਸੋ ਮੈਂ ਇਸ ਦਰਦ ਨੂੰ ਇਸ ਫੀਲ ਨੂੰ ਬਹੁਤ ਚੰਗੀ ਤਰ੍ਹਾਂ ਅਹਿਸਾਸ ਕਰ ਸਕਦਾ, ਅਤੇ ਤੁਸੀਂ ਵੀ ਸਾਰੇ ਜਣੇ ਜ਼ਰੂਰ ਸਪੋਰਟ ਕਰਿਓ। ਮੈਂ ਇੱਕ ਚੀਜ਼ ਕੈਂਬੀ ਬਾਈ ਦੇ ਮੈਂ ਲਾਈਵ ਸੁਣਿਆ, ਉਹਨੇ ਇੱਕ ਬੜੀ ਬਹੁਤ ਜਿਹਨੂੰ ਕਹਿੰਦੇ ਨਾ ਵੀ ਇੱਕ ਅਸਲ ਗੱਲ ਕੀਤੀ ਉਹਨੇ ਸੱਚੀ, ਉਹਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ। ਵੀਰਾ ਕਹਿੰਦਾ ਵੀ ਮੈਂ ਕਹਿੰਦਾ ਜਦੋਂ ਦਿੱਲੀਓਂ ਕੈਨੇਡਾ ਨੂੰ ਚੜ੍ਹਿਆ ਸੀ, ਕਹਿੰਦਾ ਮੈਂ ਉਦਣ ਮੈਂ ਇੱਕ ਹੰਝੂ ਨਹੀਂ ਸੀ ਸਿੱਟੀ, ਜਦੋਂ ਮੈਂ ਕਹਿੰਦਾ ਵੀ ਮੈਂ ਪੰਜਾਬ ਤੋਂ ਕੈਨੇਡਾ ਨੂੰ ਚੜ੍ਹਿਆ ਸੀਗਾ, ਕਹਿੰਦਾ ਮੈਂ ਇੱਕ ਹੰਝੂ ਨਹੀਂ ਸਿੱਟਿਆ, ਹਾਲਾਂਕਿ ਮੈਂ ਆਪਣੇ ਘਰ ਦੇ ਪਿੱਛੇ ਛੱਡ ਕੇ ਆਇਆ ਸੀ, ਅਤੇ ਕਹਿੰਦਾ ਜਦੋਂ ਅੱਜ ਮੈਨੂੰ ਡਿਪੋਰਟ ਕੀਤਾ ਨਾ ਇਹਨਾਂ ਨੇ, ਤਾਂ ਕਹਿੰਦਾ ਅੱਜ ਮੇਰਾ ਸੀਨਾ ਪਾੜਿਆ, ਉਹ ਇੱਕ ਦੂਜਾ ਘਰ ਕਹਿ ਲਓ ਜਾਂ ਜਿੱਦਾਂ ਮਰਜ਼ੀ ਇੱਕ ਫੀਲਿੰਗਸ, ਇਹ ਬਹੁਤ ਇੱਕ ਸਟਰਗਲਰ ਲਈ ਦਾ ਬਹੁਤ ਕੁਛ ਆ ਸੱਚੀ, ਉਹ ਚੀਜ਼ ਮੈਂ ਬਹੁਤ ਚੰਗੀ ਤਰੀਕੇ ਨਾਲ ਜਾਣ ਸਕਦਾ ਵੀ ਉਹ ਕੀ ਤੜਪ ਹੈ ਉਸ ਬੰਦੇ ਦੇ ਵਿੱਚ, ਉਹ ਕੀ ਫੀਲ ਕਰ ਰਿਹਾ। ਮੈਨੂੰ ਮੈਂ ਸੱਚੀ ਪਹਿਲੀ ਵਾਰੀ ਮੈਂ ਕਿਸੇ ਲਈ ਅੱਜ ਤੱਕ ਬੋਲਿਆ ਨਹੀਂ ਜਾਂ ਕਿਸੇ ਲਈ ਮੈਂ ਕੁਛ ਕਿਹਾ ਨਹੀਂ, ਜਾਂ ਮੈਨੂੰ ਲੱਗਿਆ ਵੀ ਮੈਨੂੰ ਇਹ ਚੀਜ਼
ਦਿਲੋਂ ਕਰਨੀ ਚਾਹੀਦੀ ਆ, ਮੈਨੂੰ ਬੋਲਣਾ ਚਾਹੀਦਾ, ਕਿਉਂਕਿ ਮੇਰੀ ਇਹ ਮੇਰੇ 'ਤੇ ਹੰਢਾਏ ਹੋਏ ਦਿਨ ਮੈਂ ਕਿਸੇ ਦੀ ਅੱਖਾਂ ਦੇ ਵਿੱਚ ਦੇਖੇ ਨੇ, ਉਹ ਅੱਥਰੂ ਬਣ ਕੇ ਦੇਖੇ ਨੇ। ਸੋ ਗਾਇਸ, ਤੁਸੀਂ ਸਾਰੇ ਜਾਣੇ ਜ਼ਰੂਰ ਸਪੋਰਟ ਕਰਿਓ ਵੀਰ ਨੂੰ, ਅਤੇ ਮੇਰੇ ਵੱਲੋਂ ਕਿਤੇ ਵੀ ਕਦੀ ਵੀ ਕੋਈ ਕੋਈ ਵੀ ਲੋੜ ਆ ਤਾਂ ਮੈਂ ਹਮੇਸ਼ਾ ਆਲਵੇਜ਼ ਤੁਹਾਡੇ ਹਮੇਸ਼ਾ ਆਲਵੇਜ਼ ਆਲਵੇਜ਼ ਤੁਹਾਡੇ ਨਾਲ ਹਾਂ। ਕਿਤੇ ਵੀ ਮੇਰੀ ਲੋੜ ਪੈਂਦੀ ਹੈ, ਕਿਤੇ ਵੀ ਲੋੜ ਪੈਂਦੀ ਹੈ ਮੇਰੀ, ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। ਅਤੇ ਜਿਹੜੇ ਮੇਰੇ ਮੇਰੇ ਕੰਟੈਕਟਸ ਨੇ, ਮੇਰਾ ਨੰਬਰ ਆ ਵੀਰੇ ਫੇਸਬੁੱਕ ਅਤੇ ਫੈਨ ਪੇਜ 'ਤੇ ਪਿਆ ਹੋਇਆ, ਤੁਸੀਂ ਜਦੋਂ ਮਰਜ਼ੀ ਮੈਨੂੰ ਜਦੋਂ ਜਿੱਥੇ ਮੇਰੀ ਲੋੜ ਆ ਮੈਂ ਖੜ੍ਹਾ ਤੁਹਾਡੇ ਨਾਲ, ਅਤੇ ਟੈਨਸ਼ਨ ਕਿਸੇ ਚੀਜ਼ ਦੀ ਨਹੀਂ ਲੈਣੀ। ਅਤੇ ਰੱਬ ਮਰਦਾਂ 'ਤੇ ਲਿਆਉਂਦਾ ਹੁੰਦਾ ਦਿਨ, ਰੱਬ ਵੀ ਚੈੱਕ ਕਰਦਾ ਵੀ ਇਸ ਤੋਂ ਬਾਅਦ ਵੀਰੇ ਮੈਂ ਤੇਰੇ ਨਾਲ ਵਾਅਦਾ ਕਰਦਾ, ਤੈਨੂੰ ਸੱਚੀ ਕਹਿੰਦਾ ਤੈਨੂੰ ਵੀ ਨਹੀਂ ਪਤਾ ਲੱਗਣਾ ਤੂੰ ਕਿੱਥੇ ਪਹੁੰਚ ਗਿਆ ਵੀਰੇ। ਰੱਬ ਜਦੋਂ ਕੁਛ ਲੈਂਦਾ ਨਾ, ਇੱਕ ਜਿਗਰਾ ਦੇ ਇੱਕ ਜਿਗਰਾ ਦੇਖਦਾ ਵੀ ਹਾਂ ਵੀ ਇਹ ਕਿੰਨੀ ਕਿੰਨਾ ਕੁ ਰੱਖਦਾ, ਪਰ ਜਦੋਂ ਦਿੰਦਾ ਉਦੋਂ ਬਹੁਤ ਕੁਛ ਦਿੰਦਾ ਵੀਰੇ। ਸੋ ਉਸ ਟਾਈਮ ਦੀ ਸਿਰਫ ਵੇਟ ਕਰਿਓ, ਅਤੇ ਉਸ ਟਾਈਮ ਦੇ ਵਿੱਚ ਉਸ ਸਮੇਂ ਦੌਰਾਨ ਕਿਤੇ ਵੀ ਸਾਡੀ ਲੋੜ ਆ ਆਲਵੇਜ਼ ਤੁਹਾਡੇ ਨਾਲ। ਥੈਂਕ ਯੂ ਵੀਰੇ, ਲਵ ਯੂ ਸੋ ਮਚ, ਅਤੇ ਸਪੋਰਟ ਕਰਿਓ ਤੁਸੀਂ ਵੀ ਸਾਰੇ ਜਾਣੇ। ਹਾਂਜੀ, ਅਤੇ ਦੂਜੀ ਗੱਲ ਇਹ ਗੱਲ ਸੀ ਮੇਰੇ ਵੀਰ ਲਈ, ਅਤੇ ਤੁਹਾਡਾ ਕੀ ਹਾਲ ਚਾਲ ਆ, ਤੁਸੀਂ ਠੀਕ ਹੋ ਸਾਰੇ ਜਾਣੇ? ਮੇਜਰ ਗਾਖਲ ਭਾਅ ਜੀ ਕੀ ਹਾਲ ਨੇ ਭਾਅ ਜੀ, ਸਤਿ ਸ਼੍ਰੀ ਅਕਾਲ। ਮੌਂਟੀ ਸ਼ੂਰ ਭਾਅ ਜੀ ਸਤਿ ਸ਼੍ਰੀ ਅਕਾਲ। ਅਤੇ ਗਾਣੇ ਦੀ ਮੈਂ ਗੱਲ ਕਰਨ ਲੱਗਿਆ, ਆਪਣਾ ਗਾਣਾ ਵੀ ਬਹੁਤ ਜਲਦੀ ਔਨ ਏਅਰ ਕਰਨ ਲੱਗਿਆ ਅਸੀਂ, ਚੈਲੰਜ ਸਿੱਧੂ ਮੂਸੇਵਾਲਾ, ਬਿਗ ਬਰਡ ਅਤੇ ਨਿੰਜਾ, ਅਸੀਂ ਬਹੁਤ ਜਲਦੀ ਲੈ ਕੇ ਆ ਰਹੇ ਹਾਂ ਗਾਣਾ ਵੀ, ਅਤੇ ਬਹੁਤ ਸਾਰੀਆਂ ਅਨਾਊਂਸਮੈਂਟਸ ਵੀ ਨੇ, ਉਹ ਬਹੁਤ ਜਲਦੀ ਟਾਈਮ ਦੇ ਅਕੋਰਡਿੰਗਲੀ ਜਿੱਦਾਂ 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 ਜਿੱਦਾਂ